ਇੱਕ ਖਾਸ ਸੁਨੇਹਾ ਦਿੱਤਾ। ਪਹਿਲੇ ਤਿੰਨ ਅਧਿਆਵਾਂ ਵਿੱਚ ਵਿਸ਼ਵਾਸ ਸੰਗਤ ਦੇ ਇਸ ਧਰਤੀ ਉਤਲੇ ਹਾਲਾਤ ਦਾ ਬਿਆਨ ਹੈ। ਆਖਰੀ ਦੋ ਅਧਿਆਵਾਂ ਵਿੱਚ ਨਵੇਂ ਕਾਸ਼ ਅਤੇ ਨਵੇਂ ਧਰਤੀ ਦਾ ਬਿਆਨ ਹੈ ਜੋ ਪਰਮੇਸ਼ਰ ਸਮੇਂ ਦੇ ਅੰਤ ਵਿੱਚ ਉਤਪੰਨ ਕਰੇਗਾ। ਇਹ ਇੱਕ ਆਖਰੀ ਅਦਾਲਤ ਹੈ। ਇਹ ਯਿਸੂ ਮਸੀਹ ਦੇ ਪ੍ਰਕਾਸ਼ ਦਾ ਗਿਆਨ ਹੈ। ਮਸੀਹ ਨੇ ਇਸ ਦੇ ਬਾਰੇ ਜੋ ਥੋੜੇ ਹੀ ਸਮੇਂ ਪਿੱਛੋਂ ਕੀ ਹੋਣ ਵਾਲਾ ਹੈ ਆਪਣੇ ਸਵਰਗ ਦੂਤਾਂ ਨੂੰ ਘੱਲ ਕੇ ਆਪਣੇ ਦਾਸ ਯੂਹੰਨਾ ਤੇ ਪ੍ਰਗਟ ਕੀਤਾ। ਭਰਾ, ਇਸ ਆਖਰੀ ਮਸੀਹ ਅਦਾਲਤ ਬਾਰੇ ਬਾਈਬਲ ਦਾ ਬਿਆਨ ਹੈ। ਜਿਵੇਂ ਜਿਰਮੀਆ ਨਬੀ 17 ਦੇ ਅਧਿਆਇ ਦੀ 12 ਵਿੱਚ ਲਿਖਦੇ ਨੇ, ਇੱਕ ਪ੍ਰਤਾਪ ਵਾਲਾ ਸਿੰਘਾਸਨ ਆਜ ਤੋਂ ਸਜਾਈ ਤੇ ਥਾਪਿਆ ਹੋਇਆ ਸਾਡਾ ਪਵਿੱਤਰ ਸ਼ਹਿਰ ਹੈ। ਜਿਰਮੀਆ ਨਬੀ 16 ਦੀ 4 ਵਿੱਚ ਲਿਖਦੇ ਨੇ, ਉਹ ਮੌਤ ਵਾਲੀਆਂ ਬਿਮਾਰੀਆਂ ਨਾਲ ਮਰਨਗੇ, ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦਬੇ ਜਾਣਗੇ, ਧਰਤੀ ਦੇ ਰੂੜੀ ਵਾਂਗੂ ਹੋਣਗੇ, ਉਹ ਤਲਵਾਰ ਨਾਲ ਮੁੱਕ ਜਾਣਗੇ, ਉਹਨਾਂ ਦੀਆਂ ਲੋਥਾਂ ਆਕਾਸ਼ ਅਤੇ ਧਰਤੀ ਦੇ ਦਰਿੰਦਿਆਂ ਦੇ ਖਾਣ ਲਈ ਹੋਣਗੀਆਂ। ਪ੍ਰਕਾਸ਼ ਦੀ ਪੋਥੀ 21 ਬਾਰ ਦੀ 7-8 ਤੇ 9 ਆਇਤ ਵਿੱਚ ਲਿਖਿਆ, ਜਿਹੜਾ ਜਿੱਤਣ ਵਾਲਾ ਹੈ ਉਹ ਵਾਰਸ ਹੋਵੇਗਾ। ਪ੍ਰਭੂ ਨੇ ਆਖਿਆ, ਮੈਂ ਉਹਦਾ ਪਰਮੇਸ਼ਵਰ ਤੇ ਮੇਰਾ ਪੁੱਤਰ ਹੋਵੇਗਾ। ਆਖਰੀ ਮਸੀਹ ਅਦਾਲਤ ਵਿੱਚ ਖੜੇ ਹੋਣ ਵਾਸਤੇ ਦੋਸਤੋ, ਭਰਾਓ, ਆਪਣੇ ਕੰਮਾਂ ਤੋਂ ਤੋਬਾ ਕਰੋ, ਲਗਾਤਾਰ ਪ੍ਰਾਰਥਨਾ ਕਰਦੇ ਰਹੋ, ਲਗਾਤਾਰ ਪ੍ਰਾਰਥਨਾ ਕਰੋ, ਹੁਸ਼ਿਆਰ ਰਹੋ, ਸਮਾਂ ਨੇੜੇ ਹੈ, ਸਗੋਂ ਹੁਣੇ ਹੀ ਹੈ। ਆਓ ਬੜੇ ਪਿਆਰ ਦੇ ਨਾਲ ਸੁਣੋ, ਧਰਤੀ ਆਕਾਸ਼ ਨਵਾਂ ਸਾਜਣਾ, ਮਸੀਹ ਜਦੋਂ ਆਵੇਗਾ।